सब्सक्राइब करें चढ़ती कला टाइम टीवी को और लेटेस्ट अपडेट पाने के लिए प्रेस करें बेल आइकन को। सत श्री अकाल जी, चढ़दी कला टाइम टीवी वेख रहे सारे दर्शकों का पंजाबी खबरों के इस बुलेटिन में स्वागत है। मैं हूं तुहाडे नाल मनदीप कौर खालसा। तो बुलेटिन की शुरुआत में एक नज़र मार लेने हैं हुण तक दीआं खास खबरों ते। ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੂੰ ਚੋਣਾਂ ਵਿੱਚ ਜਿੱਤ ਦੀ ਦਿੱਤੀ ਵਧਾਈ, ਟਵੀਟ ਕਰਕੇ ਦਿੱਤੀ ਵਧਾਈ। ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ ਵੋਟਿੰਗ ਦਾ ਕੰਮ ਖਤਮ ਹੋਣ ਤੋਂ ਬਾਅਦ ਦੇਰ ਸ਼ਾਮ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਚੋਣ ਅਫਸਰ ਡਾਕਟਰ ਐਸ ਕਰੁਣਾ ਰਾਜੂ ਨੇ ਪ੍ਰੈਸ ਕਾਨਫਰੰਸ ਕੀਤੀ। ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਵੇਂ ਨਤੀਜੇ ਆਏ ਸਾਹਮਣੇ। ਪੰਜਾਬ ਵਿੱਚ ਕਾਂਗਰਸ ਨੂੰ ਮਿਲ ਰਹੀਆਂ ਨੇ ਤਕਰੀਬਨ 8 ਸੀਟਾਂ, ਬੀਜੇਪੀ ਅਕਾਲੀ ਗਠਜੋੜ ਦੇ ਹਿੱਸੇ 5 ਸੀਟਾਂ ਆਉਣ ਦਾ ਅਨੁਮਾਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੂੰ ਚੋਣਾਂ ਵਿੱਚ ਜਿੱਤ ਦੀ ਵਧਾਈ ਦਿੱਤੀ ਹੈ। ਮੋਦੀ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ ਕਿ ਚੋਣਾਂ ਵਿੱਚ ਜਿੱਤ ਤੇ ਸਕਾਟ ਮੋਰਿਸਨ ਤੁਹਾਨੂੰ ਬਹੁਤ ਵਧਾਈ। ਅਸੀਂ ਤੁਹਾਡੀ ਸ਼ਾਨਦਾਰ ਅਗਵਾਈ ਵਿੱਚ ਆਸਟ੍ਰੇਲੀਆ ਦੇ ਲੋਕਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ। ਰਣਨੀਤਿਕ ਸਾਂਝੇਦਾਰ ਦੇ ਰੂਪ ਵਿੱਚ ਆਪਣੇ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰਨ ਦੇ ਲਈ ਅਸੀਂ ਮਿਲ ਕੇ ਕੰਮ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਾਂਗੇ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਜਿਹਾ ਮੰਨਦੀਆਂ ਨੇ ਕਿ ਵੱਖ ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਦੀਆਂ ਕਈ ਸੰਭਾਵਨਾਵਾਂ ਨੇ। ਸ੍ਰੀ ਮੋਰਿਸਨ ਦੇ ਲਿਬਰਲ ਨੈਸ਼ਨਲ ਗਠਜੋੜ ਨੇ ਦੇਸ਼ ਦੀ ਫੈਡਰਲ ਚੋਣ ਵਿੱਚ ਸਰਵੇਖਣਾਂ ਨੂੰ ਨਕਾਰਦੇ ਹੋਏ ਬਿਲ ਸਾਰਟਨ ਦੀ ਅਗਵਾਈ ਵਾਲੀ ਵਿਰੋਧੀ ਲੇਬਰ ਪਾਰਟੀ 'ਤੇ ਹੈਰਾਨ ਕਰਨ ਵਾਲੀ ਜਿੱਤ ਹਾਸਲ ਕੀਤੀ ਹੈ। ਲੋਕ ਸਭਾ ਚੋਣਾਂ ਦੇ 7ਵੇਂ ਗੇੜ ਲਈ ਵੋਟਿੰਗ ਦਾ ਕੰਮ ਖਤਮ ਹੋਣ ਤੋਂ ਬਾਅਦ ਦੇਰ ਸ਼ਾਮ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਚੋਣ ਅਫਸਰ ਡਾਕਟਰ ਐਸ ਕੇ ਰਾਜੂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਕਰੀਬਨ 61 ਫੀਸਦੀ ਵੋਟ ਪੋਲ ਹੋਈ ਹੈ। ਉਹਨੇ ਵੀ ਕਿਹਾ ਕਿ 2014 ਵਿੱਚ 70 ਫੀਸਦੀ ਵੋਟ ਪੋਲ ਹੋਈ ਸੀ। ਉਨ੍ਹਾਂ ਕਿਹਾ ਕਿ ਇੱਕਾ ਦੁੱਕਾ ਝੜਪਾਂ ਨੂੰ ਛੱਡ ਕੇ ਪੰਜਾਬ ਭਰ ਵਿੱਚ ਵੋਟਿੰਗ ਅਮਨ ਅਮਾਨ ਦੇ ਨਾਲ ਹੀ ਨੇਪਰੇ ਚੜ੍ਹੀ ਹੈ। ਉਨ੍ਹਾਂ ਦੇ ਮੁਤਾਬਕ ਜਿੱਥੇ ਕਿਤੇ ਵੀ ਕੁਤਾਹੀ ਦੇ ਮਾਮਲੇ ਸਾਹਮਣੇ ਆਏ ਨੇ ਉੱਥੇ ਉੱਥੇ ਕਾਰਵਾਈ ਕੀਤੀ ਗਈ ਹੈ। ਜਿਹੜੇ ਵੀ ਜਾਣਕਾਰੀ ਮੈਨੂੰ ਪ੍ਰਾਪਤ ਹੋਇਆ ਹੈ, ਹੁਣ ਤੱਕ 61.04% ਦੀ ਪੋਲਿੰਗ ਰਜਿਸਟਰ ਕੀਤਾ ਗਿਆ ਹੈ ਪੰਜਾਬ ਦੇ ਵਿੱਚ। ਇਹ ਫਾਈਨਲ ਫਿਗਰ ਨਹੀਂ ਹੈ। 2014 ਵਿੱਚ ਪੋਲਿੰਗ ਹੋਈ ਸੀ 70%, ਇਹ ਫਾਈਨਲ ਫਿਗਰ ਨਹੀਂ ਹੈ ਔਰ ਟੈਂਟੇਟਿਵ ਫਿਗਰ ਹੈ। ਅਸੀਂ ਉਮੀਦ ਕਰਦੇ ਹਾਂ 70% ਤੱਕ ਅਸੀਂ ਪਹੁੰਚੇ ਜਾਣਗੇ। ਅੱਜ ਪੂਰਾ ਸਟੇਟ ਦੇ ਵਿੱਚ ਮਾਹੌਲ ਪੂਰਾ ਸ਼ਾਂਤੀ ਪੂਰਵਕ ਰਹਾ, ਕਿਤੇ ਵੀ ਬਹੁਤ ਜ਼ਿਆਦਾ ਕੋਈ ਛੋਟਾ ਮੋਟਾ ਕਹਾ ਸੁਣੀ ਕੀ ਇਲਾਵਾ ਔਰ ਕੋਈ ਬਾਤ ਨਹੀਂ ਹੋਈ ਹੈ। ਪੂਰਾ 100% ਪੀਸਫੁਲ ਰਹਾ, ਨਿਊਟਰਲ ਰਹਾ ਔਰ ਜਿੱਥੇ ਵੀ ਸਾਡਾ ਸਾਹਮਣੇ ਕੋਈ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਘਟਨਾ ਹੋਈ, ਤੁਰੰਤ FIR ਵੀ ਦਰਜ ਕਰ ਲਿਆ ਗਿਆ ਹੈ ਔਰ ਇੱਕ ਅੱਧ ਘਟਨਾ ਦੇ ਵਿੱਚ ਲੋਕਾਂ ਨੂੰ ਅਰੈਸਟ ਵੀ ਕਰ ਲਿਆ ਗਿਆ। ਸਰ ਮੈਨੂੰ ਇਨਫੋਰਮੇਸ਼ਨ ਮਿਲਾ ਹੈ ਮੋਹਾਲੀ ਦੇ ਵਿੱਚ ਇਹ ਘਟਨਾ ਹੋਈ ਸੀ, ਇੱਕ ਕੋਈ ਸ਼ਰਾਰਤੀ ਤੱਤ ਨੇ ਕੁਛ ਫੋਟੋਜ਼ ਵਾਇਰਲ ਕੀਤਾ ਪੋਲਿੰਗ ਬੂਥ ਦਾ, ਕਿਉਂਕਿ ਇਸ ਵਿਵਹਾਰ ਇਕਦਮ ਹੀ ਲੋਕ ਪ੍ਰਤੀਨਿਧੀ ਐਕਟ ਹੈ ਜੋ ਪੀਪਲ ਰਿਪ੍ਰੈਜੈਂਟੇਸ਼ਨ ਐਕਟ 126 ਦੀ ਖਿਲਾਫ ਹੈ। ਇਸ ਕਰਕੇ ਉਹਨਾਂ ਦਾ ਖਿਲਾਫ ਇਕਦਮ ਹੀ FIR ਦਰਜ ਕੀਤਾ ਗਿਆ ਔਰ ਮੈਨੂੰ ਇਨਫੋਰਮੇਸ਼ਨ ਇਹ ਮਿਲੀ ਹੈ ਔਰ ਉਹਨਾਂ ਦਾ ਅਰੈਸਟ ਵੀ ਕਰ ਲਿਆ ਗਿਆ। ਇਸ ਤਰੀਕਾ ਪੂਰਾ ਇੰਟਾਇਰ ਜਿੰਨਾ ਵੀ DC ਸਾਹਿਬਾਨ, ਪੁਲਿਸ ਪ੍ਰਸ਼ਾਸਨ ਸਭ ਲੋਕ ਮਿਲ ਕੇ ਇੰਟਾਇਰ ਸਟੇਟ ਦੇ ਵਿੱਚ ਕਾਫੀ ਸਹੀ ਮਾਹੌਲ ਦੇ ਵਿੱਚ ਇਲੈਕਸ਼ਨ ਕਰਵਾਇਆ ਗਿਆ ਹੈ। ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਵੇਂ ਨਤੀਜੇ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚ ਪੰਜਾਬ ਵਿੱਚ ਕਾਂਗਰਸ ਨੂੰ ਸੂਬੇ ਵਿੱਚ ਸਰਕਾਰ ਹੋਣ ਦਾ ਫਾਇਦਾ ਮਿਲਦਾ ਦਿਖਾਈ ਦੇ ਰਿਹਾ ਏ। ਉੱਥੇ ਹੀ ਆਮ ਆਦਮੀ ਪਾਰਟੀ ਨੂੰ ਬੇਹੱਦ ਵੱਡਾ ਝਟਕਾ ਲੱਗ ਸਕਦਾ ਏ। ਆਪ ਪੰਜਾਬ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਅਸਫਲ ਹੁੰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਐਗਜ਼ਿਟ
ਪੋਲ ਵਿੱਚ ਆਪ ਨੂੰ 2 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਸਨ, ਜਿਨ੍ਹਾਂ ਤੇ ਤਾਜ਼ਾ ਜਾਣਕਾਰੀ ਮੁਤਾਬਕ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਐਗਜ਼ਿਟ ਪੋਲ ਦੇ ਅਪਡੇਟਡ ਨਤੀਜਿਆਂ ਦੇ ਮੁਤਾਬਕ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਦੇ ਹਿੱਸੇ ਤਾਂ 8 ਸੀਟਾਂ ਹੀ ਆ ਰਹੀਆਂ ਨੇ, ਪਰ ਉਧਰ ਅਕਾਲੀ ਦਲ ਭਾਜਪਾ ਗਠਜੋੜ ਦੀ ਹਾਲਤ ਸੁਧਰੀ ਲੱਗਦੀ ਹੈ। ਤਾਜ਼ਾ ਨਤੀਜਿਆਂ ਦੇ ਮੁਤਾਬਕ ਹੁਣ ਅਕਾਲੀ ਭਾਜਪਾ ਗਠਜੋੜ 5 ਸੀਟਾਂ ਜਿੱਤ ਸਕਦਾ ਹੈ, ਜਦਕਿ ਸੂਬੇ ਵਿੱਚ ਮੁੱਖ ਵਿਰੋਧੀ ਧਿਰ ਆਪ ਨੂੰ ਕੋਈ ਵੀ ਸੀਟ ਮਿਲਦੀ ਦਿਖਾਈ ਨਹੀਂ ਦੇ ਰਹੀ। ਹਾਲਾਂਕਿ ਇਹ ਅਸਲ ਨਤੀਜੇ ਨਹੀਂ। ਐਤਵਾਰ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਪੂਰੀ ਹੋ ਚੁੱਕੀ ਹੈ ਅਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਜੇਕਰ ਪਿਛਲੀ ਵਾਰ ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਅਕਾਲੀ ਭਾਜਪਾ ਦੇ ਕੋਲ 5, ਕਾਂਗਰਸ 4 ਅਤੇ ਆਪ ਦੇ ਹਿੱਸੇ 4 ਲੋਕ ਸਭਾ ਸੀਟਾਂ ਸਨ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦੇ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਜੇਕਰ ਸਾਡੇ ਵਿਰੋਧੀਆਂ ਵੱਲੋਂ ਹਿੰਸਾ ਅਤੇ ਡਰਾਉਣ ਧਮਕਾਉਣ ਦੀਆਂ ਘਟਨਾਵਾਂ ਰਾਹੀਂ ਚੋਣ ਅਮਲ ਵਿੱਚ ਰੁਕਾਵਟ ਨਾ ਪਾਈ ਹੁੰਦੀ ਤਾਂ ਪੰਜਾਬ ਦੇ ਲੋਕਾਂ ਨੇ ਜਮਹੂਰੀਅਤ ਦੀ ਇਸ ਪ੍ਰਕਿਰਿਆ ਨੂੰ ਬਹੁਤ ਹੀ ਸ਼ਾਂਤਮਈ ਅਤੇ ਸਲੀਕੇ ਦੇ ਨਾਲ ਸਿਰੇ ਚਾੜਨਾ ਸੀ। ਪਰੰਤੂ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਇਹ ਵਿਸ਼ਵਾਸ ਵੀ ਜਤਾਇਆ ਕਿ ਲੋਕਾਂ ਨੇ ਇੱਕ ਅਜਿਹੀ ਸਰਕਾਰ ਨੂੰ ਨਕਾਰ ਦਿੱਤਾ ਹੈ ਜਿਸ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਛੁਪਾਉਣ ਦੇ ਲਈ ਬੇਅਦਬੀ ਦੇ ਝੂਠੇ ਦੋਸ਼ਾਂ ਦਾ ਆਸਰਾ ਲੈਣ ਦੀ ਕੋਸ਼ਿਸ਼ ਕੀਤੀ। ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਲਕਾ ਦੱਖਣੀ ਵਿੱਚ ਤਾਇਨਾਤ BLO ਤੇ ਪੱਖਪਾਤ ਕਰਨ ਦੇ ਇਲਜ਼ਾਮ ਲੱਗੇ ਨੇ। ਕਾਂਗਰਸੀ ਕਾਰਕੁਨਾਂ ਨੇ ਦਾਅਵਾ ਕੀਤਾ ਹੈ ਕਿ ਅੰਜੂ ਬੱਲਾ ਨਾਮ ਦੀ BLO ਨੇ ਲੋਕਾਂ ਨੂੰ BJP ਦੇ ਪੱਖ ਵਿੱਚ ਵੋਟ ਭੁਗਤਾਉਣ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਉਹਨਾਂ ਕਾਰਵਾਈ ਦੀ ਮੰਗ ਕੀਤੀ ਹੈ। ਕਾਂਗਰਸੀਆਂ ਨੇ ਕਿਹਾ ਹੈ ਕਿ BLO ਨੇ ਪਹਿਲਾਂ ਤਾਂ ਅਕਾਲੀਆਂ ਨੂੰ ਵੋਟ ਪਰਚੀਆਂ ਦਿੱਤੀਆਂ ਅਤੇ ਬਾਅਦ ਵਿੱਚ ਲੋਕਾਂ ਨੂੰ ਵੀ ਪੱਖਪਾਤੀ ਅਪੀਲ ਕੀਤੀ। ਫਿਰੋਜ਼ਪੁਰ ਵਿੱਚ ਵੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਵੋਟਾਂ ਪਾ ਕੇ ਪਰਤ ਰਹੇ ਪਰਿਵਾਰ ਤੇ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਟਾਂ ਪਾ ਕੇ ਪਰਤ ਰਹੇ ਅੰਗਰੇਜ਼ ਸਿੰਘ ਨਾਮੀ ਨੌਜਵਾਨ ਨੂੰ ਕਾਰ ਸਵਾਰਾਂ ਨੇ ਘੇਰ ਲਿਆ ਅਤੇ ਉਸ ਤੇ ਹਮਲਾ ਬੋਲ ਦਿੱਤਾ, ਜਿਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਜ਼ਖਮੀ ਅੰਗਰੇਜ਼ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਲੋਕ ਸਭਾ ਚੋਣਾਂ ਲਈ 7ਵੇਂ ਗੇੜ ਦੀ ਵੋਟਿੰਗ ਦੌਰਾਨ ਸਨਅਤੀ ਸ਼ਹਿਰ ਲੁਧਿਆਣਾ ਵੱਡਾ ਵਾਕਿਆ ਸਾਹਮਣੇ ਆਇਆ ਹੈ। ਉੱਘੇ ਸਮਾਜ ਸੇਵੀ ਅਨਮੋਲ ਕਵਾਤਰਾ ਦੇ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਸ਼ਹਿਰ ਵਿੱਚ ਹੰਗਾਮਾ ਮੱਚ ਗਿਆ ਅਤੇ ਇਸ ਦੌਰਾਨ ਅਨਮੋਲ ਕਵਾਤਰਾ ਨੇ ਆਪਣੇ ਸਾਥੀਆਂ ਸਮੇਤ ਧਰਨਾ ਲਾ ਕੇ ਲੁਧਿਆਣਾ ਮੁੱਖ ਮਾਰਗ ਜਾਮ ਕਰ ਦਿੱਤਾ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਮੌਜੂਦ ਸਨ। ਇਸ ਤੋਂ ਇਲਾਵਾ ਕਵਾਤਰਾ ਦੇ ਨਾਲ ਭਾਰੀ ਗਿਣਤੀ ਵਿੱਚ ਲੋਕ ਸ਼ਾਮਲ ਨੇ, ਜਿਨ੍ਹਾਂ ਵੱਲੋਂ ਲੁਧਿਆਣਾ ਮੁੱਖ ਮਾਰਗ ਜਾਮ ਕੀਤਾ ਗਿਆ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਨਿੱਜੀ ਰੰਜਿਸ਼ ਦਾ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸੇ ਤਰੀਕੇ ਕਮਿਸ਼ਨਰ ਦਾ ਦਫ਼ਤਰ ਘੇਰਾ ਗਿਆ, ਡਿਗਰੀ ਤੋਂ ਬਾਅਦ ਤੁਰਨਗੇ, ਤੁਰਨੇ ਆਉਂਦਿਆਂ ਸਾਨੂੰ ਇਹ ਕਿਵੇਂ ਤੁਰੇ ਜਾਂਦੇ ਆ। ਅੱਜ ਪੰਜਾਬ ਦੇ ਅੰਦਰ ਲਾਜ ਡਾਕਟਰ ਪੂਰੀ ਤਰ੍ਹਾਂ ਖਤਮ ਹੋ ਗਿਆ, ਸ਼ਰਮਰਾ ਗਿਆ। ਇੱਕ ਇਨੋਸੈਂਟ ਬੰਦਾ ਜਿਹਦਾ ਕੋਈ ਲੈਣ ਦੇਣ ਨਹੀਂ ਕਿਸੇ ਦੇ ਨਾਲ, ਚੰਗਾ ਅੱਛਾ ਵਪਾਰੀ ਸਮਾਜ ਸੇਵੀ ਪਰਿਵਾਰ, ਉਹ ਸੁਰੱਖਿਅਤ ਨਹੀਂ ਹੈਗਾ। ਆਮ ਲੋਕਾਂ ਦਾ ਕੀ ਹਾਲ ਹੋਊ? ਇਹਨਾਂ ਨੇ ਵੀ ਜੋ ਕੀਤਾ ਸੀ, ਉਹ ਉਹਨਾਂ ਨੂੰ ਪ੍ਰਵੈਂਟਿਵ ਰੈਸਟ ਲੈ ਰਹੇ ਹਾਂ ਉਹਨਾਂ ਦੀ, ਜਿੱਥੇ ਵੀ ਭੱਜੇ ਹੋਏ ਮਰ ਲੈਣਗੇ। ਚੋਣਾਂ ਤੋਂ ਬਾਅਦ ਇਹਨਾਂ ਦਾ ਕੋਈ ਪੁਰਾਣੇ ਆਪਣੇ ਇਹ ਚੋਣਾਂ ਨਾਲ ਕੋਈ ਮਤਲਬ ਨਹੀਂ ਹੈ। ਜਿਹੜਾ ਪੁਰਾਣਾ ਇਹਨਾਂ ਦਾ ਕੋਈ ਆਪਸ ਚ ਇਹ ਦੋਨੇ ਇੱਕ ਦੂਜੇ ਦੇ ਅਗੇਂਸਟ ਐਮ ਕੌਂਸਲਰ ਦੀ ਚੋਣਾਂ ਲੜੀ ਸੀ, ਅਨਮੋਲ ਪਾਤਰਾ ਦੇ ਫਾਦਰ ਐਂਡ ਮਿਸਟਰ ਰਾਮਪਾਲ ਵਗੈਰਾ, ਉਹਦੇ ਕਰਕੇ ਇਹਨਾਂ ਦੀ ਟਸਲ ਸੀਗੀ। ਅੱਜ ਹੱਸ ਸਵੇਰ ਦੇ ਇਕੱਠੇ ਬੈਠੇ ਸੀਗੇ, ਮਾਹੌਲ ਕਰਦੇ ਕਰਦੇ ਇਹਨਾਂ ਦੀ ਆਪਸ ਚ ਆ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਵਾਬੀ ਹਮਲੇ ਤੋਂ ਬਾਅਦ ਨਵਜੋਤ ਕੌਰ ਸਿੱਧੂ ਪਤੀ ਨਵਜੋਤ ਸਿੰਘ ਸਿੱਧੂ ਦੇ ਬਚਾਅ ਤੇ ਆ ਗਈ ਹੈ। ਬੀਬੀ ਸਿੱਧੂ ਨੇ ਕੈਪਟਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਮੁੱਖ ਮੰਤਰੀ ਬਣਨ ਲਈ ਨਹੀਂ, ਸਗੋਂ ਜਨਤਾ ਦੀ ਸੇਵਾ ਕਰਨ ਲਈ ਆਏ ਨੇ। ਬੀਬੀ ਸਿੱਧੂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨੂੰ ਅਹੁਦਿਆਂ ਦਾ ਲਾਲਚ ਨਹੀਂ ਹੈ ਅਤੇ ਨਾ ਹੀ ਉਹ ਅਹੁਦਿਆਂ ਦੇ ਲਾਲਚ ਵਿੱਚ ਕਾਂਗਰਸ ਵਿੱਚ ਗਏ। ਇਸ ਦੇ ਨਾਲ ਹੀ ਬੀਬੀ ਸਿੱਧੂ ਨੇ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਨੂੰ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਬੀਬੀ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਹਾਰਦੀ ਹੈ ਤਾਂ ਮੁੱਖ ਮੰਤਰੀ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ।
साहिब श्री गुरु नानक देव जी के 550 साल प्रकाश पुरब न मुख रखद वर्ल्ड पंजाबी ऑर्गेनाइजेशन वालों एक समारोह करवाया गया जिस दौरान श्री गुरु नानक देव जी के सफरनामे बारे बनाई जाने वाली डाकूमेंटरी एलैगरी टेपेस्ट्री ऑफ गुरु नानक ट्रैवल्स नाल संबंधित सरदार अमरदीप सिंह दे नाल विचार गोष्ठी करवाई गई। इस मौके से डाकूमेंटरी बारे जानकारी दिंदिया दस्या गया कि इस विच गुरु नानक देव जी दीआं यात्रावां अते उन्हां दे उपदेशां ते इह डाकूमेंटरी फिल्म आधारित होगी। इस मौके वर्ल्ड पंजाबी ऑर्गेनाइजेशन के चेयरमैन अते पद्म श्री विक्रमजीत सिंह सानी ने आए पतवंतिया नूं जी आया कहा। इस मौके सानी ने कहा कि वह इस डाकूमेंटरी लिए वर्ल्ड पंजाबी संस्था वालों हर संभव सहयोग करनगे। असी एक गुरु नानक देव जी दे सफरनामे दे उत्ते उन्हां दी उदासियां दे उत्ते एक डॉक्यूमेंट्री बनाउण जा रहे हैं जिहदा नाम है एलेगरी अ टेपेस्ट्री ऑफ गुरु नानक ट्रैवल्स। ये अंदर जो जन्म साखियां दे अंदर दर्ज है जिहड़ी उन्होंने चार जन्म साखियां दे अंदर अलग अलग जगह का रेफरेंस आंदा है उन्हां दा निचोड़ कढ़ के जो बड़े बड़े इतिहासकारां ने एक कॉमन पॉइंट ऑफ व्यू कढ़िया है कि कित्थे कित्थे गुरु नानक देव जी गए सन उस नूं लै के असी उन्हां दी थावां ते जा के उस नूं डॉक्यूमेंट कर रहे हैं। इन्हां दे अंदर 9 मुल्क आंदे ने इंडिया पाकिस्तान अफगानिस्तान इराक ईरान सऊदी अरेबिया श्रीलंका तिब्बत चाइना और बांग्लादेश ते इन्हां दे अंदर सारे मुल्कां दे अंदर जाके असी 150 साइट्स जिहड़ी हर एक मज़हब दी साइट्स हैगियां जिहड़ियां अपने हिंदू मत दियाँ सूफी मत दियाँ इस्लाम मत दियाँ बुद्धिस्ट जैन ते कुछ अज गुरद्वारे भी ने उन्हां दे अंदर जिथे गुरु नानक देव जी जिन्हां थावां ते गए सीगे इन्हां दा निचोड़ असी कढ़ के 150 थावां ने ते इन्हां नूं जोड़ के असी एक डॉक्यूमेंट्री बना रहे हैं जिहदे अंदर 600 मिनट दा कंटेंट होएगा। इट विल बी अ मल्टी एपिसोड डॉक्यूमेंट्री। पटियाला दे अर्बन एस्टेट फेज़ 2 विच स्थित गुरुद्वारा शहीद अकाली बाबा फूला सिंह जी विखे सुखमणी साहब सेवा सोसायटी पटियाला वालों महान कीर्तन समागम करवाया गया जिस दौरान भाई साहब भाई महेंद्र सिंह जी और होर कीर्तनी जथिया ने संगत नूं हर जस दे नाल निहाल किया। अदारा चढ़दी कल दे चेयरमैन और गुरुद्वारा शहीद अकाली बाबा फूला सिंह जी की प्रबंधकी कमेटी के प्रधान सरदार जगजीत सिंह दर्दी ने मीडिया नाल गलबात की जिस दौरान उन्हें इस स्थान की इतिहासिक महत्ता बयान की। उन्हों तो अलावा श्री सुखमणी साहब सेवा सोसायटी पटियाला के फाउंडर सरदार जसबीर सिंह सेवादार जोगिंदर सिंह जनरल सकत्तर जसविंदर सिंह गुरचरण सिंह चन्नी खजानची तारा सिंह प्रचार सकत्तर सरदार गुरदीप सिंह जगमोहन सिंह प्रभजीत सिंह अते भाई एस पी सिंह मौजूद रहे। पंथ दे रहनुमा ये पवित्र स्थान जो उन्होंने नाम के उत्ते बनया है ये इतिहासक स्थान है अते सिख इतिहास विच जिक्र आता है कि अपना बचपन का समा उन्होंने इस स्थान उत्ते बिताया सी। लेकिन सब तो प्यारी गल यह है कि ज्ञानी शीतल सिंह जी महाराज मैं समझदा हाँ उन्होंने दसम पातशाह ने आप बख्शिश करके इस स्थान उत्ते भेजा और इस स्थान उत्ते 20 साल लगातार उन्होंने वाहगुरु के नाम का सिमरन किया और साडे भाई साहब जगमोहन सिंह जी बिंद्रा उन्हां भागां वाले सिखां विचों हन जिन्हां नूं उस समय ज्ञानी शीतल सिंह जी महाराज के आशीर्वाद मिली और सब तो प्यारी गल है कि इन्होंने अपना जीवन दान दे दिता और शुरू तो लैके हुण तक इस गुरद्वारा साहब की टीना की इमारत कच्चे कमरे की इमारत इन्होंने हौसला नहीं छड़िया और लगातार 20 साल तो वध समा इन्होंने अदुत्ती सेवा की और इन्हां दे साथियों ने एक भी साथी इन्हां दा अज तक इस स्थान नाल टुटिया नहीं सगों जुड़िया होया है। ये स्थान श्रद्धा पैदा करने वाला और हज़ारों की गिनती संगत केवल शहर पटियाला विचों नहीं अज मैं पता है अमरीका कनेडा तो दुनिया के बहुत सारे देशों चो संगत इतने आती है और गुरद्वारा साहब की मर्यादा अनुसार एक मन एक चित होके मथा टेक के श्री सुखमणी साहब का पाठ करती है। हज़ारां संगतां हर महीने इस गुरद्वारा साहब विच बैठ के गुरु दीआं बख्शिशां प्राप्त करदे हन अते उन्हां दीआं मनोकामनावां पूरियां हुंदियां हन। ये स्थान बाबा शीतल सिंह जी ने 1990 दे अंदर रख जदों आए सीगे इत्थे तां उन्हां ने इस स्थान नूं प्रगट किया तो उन्होंने दस्या कि स्थान बाबा
ਫੁੱਲਾ ਸਿੰਘ ਜੀ ਦੇ ਬਚਪਨ ਦਾ ਅਸਥਾਨ ਹੈ, ਬਾਬਾ ਫੁੱਲਾ ਸਿੰਘ ਦੇ ਬਚਪਨ ਦਾ ਅਸਥਾਨ ਹੈ। ਮਹਾਂਪੁਰਸ਼ਾਂ ਨੇ ਪੂਰਾ ਸਾਰਾ ਆਪਣੀ ਆਤਮਿਕ ਵਿਦਿਆ ਨਾਲ ਪਤਾ ਕਰਕੇ ਦੱਸਿਆ ਹੈ। ਇੱਥੇ ਮਹਾਂਪੁਰਸ਼ ਬਾਬਾ ਸ਼ੀਤਲ ਸਿੰਘ ਨੇ ਬਹੁਤ ਤਪੱਸਿਆ ਕੀਤੀ। ਅਸੀਂ ਤੁਹਾਨੂੰ ਪਤਾ ਜਦੋਂ ਇੱਕ ਕਮਰੇ 'ਚ ਬਾਬਾ ਜੀ ਦਾ ਪ੍ਰਕਾਸ਼ ਹੁੰਦਾ ਸੀਗਾ, ਸਾਰੀ ਸਾਰੀ ਰਾਤ ਜਾਗਦੇ ਰਹਿੰਦੇ ਸਨ ਅਤੇ ਆਪਣਾ ਪਾਠ ਪੂਜਾ ਕਰਦੇ ਸਨ। ਤਾਂ ਇਸ ਸਥਾਨ ਦੇ ਉੱਤੇ ਉਹਨਾਂ ਨੇ ਆਪਣੀ ਤਪੱਸਿਆ ਕਰਕੇ ਜਦੋਂ ਸੰਗਤਾਂ ਨੂੰ ਫਿਰ ਜਦੋਂ ਪਤਾ ਲੱਗਿਆ ਇਹਨਾਂ ਦੇ ਬਾਰੇ, ਉਹਨਾਂ ਦੇ ਦੁੱਖ ਦੂਰ ਕਰਨ ਵਾਸਤੇ ਉਹਨਾਂ ਨੇ ਸ਼ਬਦ ਦੀ ਦਾਤ ਦੇਣੀ ਸ਼ੁਰੂ ਕੀਤੀ। ਉਹਨਾਂ ਨੇ ਸੁਖਮਨੀ ਸਾਹਿਬ ਦੇ ਪਾਠ ਦੇਣੇ, ਕਿਸੇ ਨੂੰ ਇੱਕ ਪਾਠ ਦੇਣਾ, ਕਿਸੇ ਨੂੰ 10 ਦੇਣੇ, ਕਿਸੇ ਨੂੰ 5 ਦੇਣੇ, ਭਾਈ ਕਰ ਤੇਰਾ ਦੁੱਖ ਤਕਲੀਫ ਦੂਰ ਹੋਏਗੀ। ਇਸ ਤਰ੍ਹਾਂ ਇਹ ਲੜੀ ਚੱਲ ਗਈ। ਇੱਕ ਟਾਈਮ ਐਸਾ ਆਇਆ ਕਿ ਇੱਥੇ 400-500 ਬੰਦਾ ਜਿਹੜਾ ਹੈਗਾ ਲੈਣਾ ਲਾ ਕੇ ਖੜਦਾ ਸੀਗਾ ਅਤੇ ਉਹ ਪੁੱਛਦਾ ਸੀਗਾ ਆ ਕੇ ਕਿ ਬਾਬਾ ਜੀ ਮੈਨੂੰ ਆਹ ਤਕਲੀਫ ਹੈ, ਮੈਨੂੰ ਆਹ ਸ਼ਬਦ ਕਰੋ। ਕਿਸੇ ਨੂੰ ਦੱਖਣੀ ਓਂਕਾਰ ਸਾਹਿਬ ਦਾ ਪਾਠ ਦੇ ਰਹੇ ਹੈ, ਕਿਸੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਉਹਨਾਂ ਨੇ। ਸ਼੍ਰੀ ਸੁਖਮਨੀ ਸਾਹਿਬ ਸੋਸਾਇਟੀ ਜੋ 1969 ਤੋਂ ਸ਼੍ਰੀ ਅੰਮ੍ਰਿਤਸਰ ਤੋਂ ਆਰੰਭ ਹੋਈ ਸੀ ਅਤੇ 1971 ਵਿੱਚ ਤੀਸਰੀ ਬ੍ਰਾਂਚ ਪਟਿਆਲੇ ਵਿੱਚ ਬਣਾਈ ਗਈ ਸੀ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦਾ ਫੰਕਸ਼ਨ ਕੇਵਲ ਅਤੇ ਕੇਵਲ ਘਰ ਘਰ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ, ਕੀਰਤਨ ਅਤੇ ਵਿਚਾਰਾਂ ਕਰਕੇ ਹਰ ਘਰ ਵਿੱਚ ਗੁਰਮਤਿ ਦਾ ਸੰਦੇਸ਼ ਦੇਣ ਵਾਸਤੇ ਜਾ ਰਹੀ ਹੈ। ਇਸ ਸੰਸਥਾ ਦੇ ਨਾਲ ਸਾਡੇ ਸਤਿਕਾਰਯੋਗ ਐਸ ਪੀ ਸਿੰਘ ਬੁੱਧੀ ਰਾਜਾ ਜੋ ਬਹੁਤ ਹੀ ਅਣਥੱਕ ਸੇਵਕ ਹਨ, ਬਾਬਾ ਫੂਲਾ ਸਿੰਘ ਦੇ ਇਸ ਗੁਰਦੁਆਰਾ ਸਥਾਨ ਦੀ ਬਹੁਤ ਸੇਵਾ ਕਰਦੇ ਨੇ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਨਾਲ ਮੋਢੇ ਨਾਲ ਮੋਢਾ ਡਾ ਕੇ ਹਮੇਸ਼ਾ ਸਾਡੇ ਨਾਲ ਖੜ੍ਹੇ ਨੇ, ਸੇਵਾ ਕਰ ਰਹੇ ਨੇ। ਸਾਨੂੰ ਅਸੀਂ ਸਤਿਕਾਰਯੋਗ ਸਰ ਜਗਜੀਤ ਸਿੰਘ ਦਰਦੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਗਾਹੇ ਬਗਾਏ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਨੂੰ ਆਪਣੇ ਇਸ ਟਾਈਮ ਟੀ ਵੀ ਦੇ ਵਿੱਚ ਹਮੇਸ਼ਾ ਮਾਣ ਸਤਿਕਾਰ ਦਿੱਤਾ ਹੈ। ਮੈਂ ਧੰਨਵਾਦੀ ਹਾਂ ਸਰ ਜਗਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ। ਅਸੀਂ ਬਹੁਤ ਹੀ ਰਿਣੀ ਹਾਂ ਗੁਰਦੁਆਰਾ ਬਾਬਾ ਸ਼ਹੀਦ ਬਾਬਾ ਫੂਲਾ ਸਿੰਘ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇੱਥੇ ਸਾਨੂੰ ਅੱਜ ਇਹ ਪ੍ਰੋਗਰਾਮ ਕਰਨ ਦੀ ਆਗਿਆ ਦਿੱਤੀ ਹੈ ਅਤੇ ਸੇਵਾ ਕੀਤੀ ਹੈ। ਪਟਿਆਲਾ ਦੇ ਗੁਰਦੁਆਰਾ ਸ੍ਰੀ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਅਰਬਨ ਅਸਟੇਟ ਪਟਿਆਲਾ ਵਿਖੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਦਰਦੀ ਦੀ ਦੇਖ ਰੇਖ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਖਾਲਸਾ ਸ਼ਤਾਬਦੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਦੌਰਾਨ ਨਿਸ਼ਕਾਮ ਕੀਰਤਨੀ ਜਥਾ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਮਾਤਾ ਕੌਲਾਂ ਭਲਾਈ ਟਰੱਸਟ ਅੰਮ੍ਰਿਤਸਰ ਵਾਲੇ, ਭਾਈ ਸਾਹਿਬ ਸੁਰਿੰਦਰ ਸਿੰਘ ਜੋਧਪੁਰੀ ਸਮੇਤ ਹੋਰ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ। ਇਸ ਦੌਰਾਨ ਸਰਦਾਰ ਜਗਜੀਤ ਸਿੰਘ ਦਰਦੀ ਨੇ ਸੰਗਤਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਲੜੀ ਦੇ ਤਹਿਤ ਹੀ ਸਵੇਰ ਵੇਲੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਵੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਸੁਰਜੀਤ ਸਿੰਘ ਸੋਢੀ ਵੱਲੋਂ ਕਥਾ, ਬੀਬੀ ਅਜੀਤ ਕੌਰ, ਬੀਬੀ ਹਰਵਿੰਦਰ ਕੌਰ ਗੁਰਦੁਆਰਾ ਇੰਦਰਾਪੁਰੀ ਦੇ ਰਾਗੀ ਜਥੇ, ਸਰਦਾਰ ਮਹਿੰਦਰ ਸਿੰਘ ਵੱਲੋਂ ਕੀਰਤਨ ਅਤੇ ਭਾਈ ਜਸਵੀਰ ਸਿੰਘ ਵੱਲੋਂ ਅਰਦਾਸ ਦੀ ਸੇਵਾ ਨਿਭਾਈ ਗਈ। ਚੀਨ ਵਿੱਚ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ। ਸਿੱਖਾਂ ਦੀ ਕਿਰਪਾਨ ਨੂੰ ਘਾਤਕ ਹਥਿਆਰ ਬਾਰੇ ਕਾਨੂੰਨ ਵਿੱਚੋਂ ਬਾਹਰ ਰੱਖਿਆ ਗਿਆ ਹੈ। ਦੇਸ਼ ਵਿੱਚ ਚਾਕੂ ਨਾਲ ਹਮਲਿਆਂ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਦੇ ਲਈ ਨਵਾਂ ਘਾਤਕ ਹਥਿਆਰ ਬਿੱਲ ਪਾਸ ਸੰਸਦ ਵਿੱਚ ਪਾਸ ਹੋ ਗਿਆ। ਇਸ ਬਿੱਲ ਵਿੱਚੋਂ ਕਿਰਪਾਨ ਨੂੰ ਬਾਹਰ ਰੱਖਿਆ ਗਿਆ ਹੈ। ਮਹਾਰਾਣੀ ਐਲਿਜ਼ਾਬੈਥ ਦੂਜੀ ਵੱਲੋਂ ਇਸ ਹਫ਼ਤੇ ਬਿੱਲ 'ਤੇ ਮੋਹਰ ਲਾਏ ਜਾਣ ਤੋਂ ਮਗਰੋਂ ਇਹ ਐਕਟ ਹੋਂਦ ਵਿੱਚ ਆ ਗਿਆ ਹੈ। ਬਿੱਲ ਵਿੱਚ ਪਿਛਲੇ ਵਰ੍ਹੇ ਸੋਧ ਕੀਤੀ ਗਈ ਸੀ ਤਾਂ ਜੋ ਬ੍ਰਿਟਿਸ਼ ਸਿੱਖ ਭਾਈਚਾਰੇ 'ਤੇ ਇਸ ਦਾ ਕੋਈ ਅਸਰ ਨਾ ਪਵੇ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਅਸੀਂ ਕਿਰਪਾਨ ਦੇ ਮੁੱਦੇ 'ਤੇ ਸਿੱਖਾਂ ਦੇ ਨਾਲ ਸੰਪਰਕ ਬਣਾ ਕੇ ਰੱਖਿਆ ਹੈ। ਨਤੀਜੇ ਵਜੋਂ ਅਸੀਂ ਬਿੱਲ ਵਿੱਚ ਸੋਧ ਕਰਕੇ ਇਹ ਯਕੀਨੀ ਬਣਾਇਆ ਹੈ ਕਿ ਸਿੱਖ ਧਾਰਮਿਕ ਸਮਾਗਮਾਂ ਲਈ ਵੱਡੀਆਂ ਕਿਰਪਾਨਾਂ ਦੀ ਵਰਤੋਂ ਕਰ ਸਕਣ ਅਤੇ ਉਹਨਾਂ ਦੀ ਵਿਕਰੀ ਵੀ ਹੋ ਸਕੇ। ਬ੍ਰਿਟਿਸ਼ ਸਿੱਖਾਂ ਲਈ ਸਰਵ ਪਾਰਟੀ ਸੰਸਦੀ ਗਰੁੱਪ ਦੇ ਵਫਦ ਨੇ ਗ੍ਰਹਿ ਮੰਤਰਾਲੇ ਕੋਲ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਜਦੋਂ ਵੀ ਨਵਾਂ ਬਿੱਲ ਹੋਂਦ ਵਿੱਚ ਆਵੇ ਤਾਂ ਕਿਰਪਾਨ ਨੂੰ ਉਸਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ। ਗਰੁੱਪ ਦੀ ਮੁਖੀ ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਉਸ ਨੂੰ ਸਰਕਾਰ ਦੇ ਵੱਲੋਂ ਕੀਤੀ ਗਈ ਸੋਧ ਨੂੰ ਦੇਖ ਕੇ ਖੁਸ਼ੀ ਹੋਈ ਹੈ, ਜਿਸ ਵਿੱਚ ਸਿੱਖਾਂ ਵੱਲੋਂ ਵੱਡੀਆਂ ਕਿਰਪਾਨਾਂ ਦੀ ਵਿਕਰੀ ਜਾਂ ਉਸ ਨੂੰ ਰੱਖਣਾ ਕੋਈ ਜੁਰਮ ਨਹੀਂ ਕਰਾਰ ਦਿੱਤਾ ਗਿਆ। ਮੱਧ ਅਮਰੀਕਾ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜੇ ਪੈਣ ਦੇ ਕਾਰਨ ਕਰੀਬ 7 ਕਰੋੜ ਲੋਕ ਮੁਸੀਬਤ ਵਿੱਚ ਨੇ। ਇੱਥੋਂ ਦੇ ਇਲਾਕਿਆਂ ਵਿੱਚ ਆਏ 50 ਤੋਂ ਵੱਧ ਤਬਾਹਕੁਨ ਤੂਫਾਨਾਂ ਨੇ ਤਬਾਹੀ ਮਚਾਈ ਹੋਈ ਹੈ। ਵੱਡੇ ਪੱਧਰ 'ਤੇ ਚੱਲ ਰਹੀਆਂ ਹਵਾਵਾਂ ਨੇ ਕਈ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ ਹੈ। ਸਕੂਲਾਂ ਅਤੇ ਦੁਕਾਨਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਤੂਫਾਨਾਂ ਨੇ ਟਰੱਕਾਂ ਅਤੇ ਰੁੱਖਾਂ ਨੂੰ ਸੁੱਕੇ ਪੱਤੇ ਵਾਂਗ ਉਡਾ ਦਿੱਤਾ। ਜ਼ਿਕਰਯੋਗ ਹੈ ਕਿ ਟਾਰਨੇਡੋ ਐਲੇ ਹਮੇਸ਼ਾ ਤੋਂ ਹੀ ਤੂਫਾਨ ਦੇ ਨਿਸ਼ਾਨੇ 'ਤੇ ਰਿਹਾ ਹੈ। ਟਾਰਨੇਡੋ ਐਲੇ ਵਿੱਚ ਟੈਕਸਾਸ, ਓਕਲਾਹੋਮਾ, ਕੰਸਾਸ, ਨੇਬਾਸਕਾ,
ਇਲਾਵਾ ਪੂਰਬੀ ਕੋਲੋਰਾਡੋ ਅਤੇ ਦੱਖਣੀ ਡਕੋਟਾ ਦੇ ਕੁਝ ਹਿੱਸੇ ਆਉਂਦੇ ਨੇ। ਇਸ ਵਾਰ ਤੂਫਾਨ ਨੇ 18 ਰਾਜਾਂ ਦੇ ਲਗਭਗ 4 ਕਰੋੜ ਵਸਨੀਕਾਂ ਦੀ ਜਾਨ ਖਤਰੇ ਵਿੱਚ ਪਾਈ ਹੈ। ਭਾਵੇਂ ਕਿ ਹਾਲੇ ਤੱਕ ਕਿਸੇ ਦੀ ਮਰਨ ਦੀ ਖਬਰ ਨਹੀਂ ਹੈ, ਪਰ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਲਈ ਮਜਬੂਰ ਨੇ। ਨਿਬਾਰਸਕਾ ਅਤੇ ਕੰਸਾਸ ਵਿੱਚ 30 ਤੋਂ ਵੱਧ ਤੂਫਾਨ ਆਏ ਨੇ। ਟੈਕਸਾਸ ਵਿੱਚ ਘੱਟੋ ਘੱਟ 6 ਅਤੇ 1 ਓਕਲਾਹੋਮਾ ਵਿੱਚ ਆਇਆ ਹੈ। ਰਾਸ਼ਟਰੀ ਮੌਸਮ ਸੇਵਾ ਨੇ ਸ਼ੁੱਕਰਵਾਰ ਨੂੰ ਟਵੀਟ ਵਿੱਚ ਗੰਭੀਰ ਮੌਸਮ ਦੀ ਚੇਤਾਵਨੀ ਦਿੰਦੇ ਹੋਏ ਦੱਸਿਆ ਕਿ ਗੜੇ ਅਤੇ ਕੁਝ ਤੂਫਾਨ ਸ਼ੁੱਕਰਵਾਰ ਸ਼ਾਮ ਤੱਕ ਮੱਧ ਅਮਰੀਕਾ ਵਿੱਚ ਆਏ, ਜੋ ਮੁੱਖ ਰੂਪ ਨਾਲ ਨਿਬਾਸਕਾ ਅਤੇ ਦੱਖਣੀ ਡਕੋਟਾ ਦੇ ਖੇਤਰ ਨੂੰ ਪ੍ਰਭਾਵਿਤ ਕਰ ਰਹੇ ਨੇ। ਇੱਥੇ ਦੱਸ ਦੇਈਏ ਕਿ ਤੂਫਾਨ ਦੇ ਕਾਰਨ ਕਈ ਖੇਤਰਾਂ ਵਿੱਚ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਵੀ ਮਜਬੂਰ ਨੇ। ਪਾਵਰ ਆਊਟ ਦੇ ਬਾਅਦ ਦੱਖਣ ਵਿੱਚ ਸ਼ਨੀਵਾਰ ਦੁਪਹਿਰ ਤੱਕ 30,200 ਵਸਨੀਕ ਅਤੇ ਕਾਰੋਬਾਰੀ ਬਿਨਾਂ ਬਿਜਲੀ ਦੇ ਰਹੇ। ਇਹਨਾਂ ਵਿੱਚੋਂ 20,000 ਤੋਂ ਵੱਧ ਲੋਕ ਟੈਕਸਾਸ ਵਿੱਚ ਸਨ। ਦੇਸ਼ ਭਰ ਵਿੱਚ ਇਸ ਤੂਫਾਨ ਦੇ ਕਾਰਨ 7 ਕਰੋੜ ਲੋਕ ਪ੍ਰਭਾਵਿਤ ਹੋ ਰਹੇ ਨੇ। ਫਰੀਦਕੋਟ ਵਿੱਚ CIA ਸਟਾਫ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਆਪਣੇ ਦਫ਼ਤਰ ਦੇ ਅੰਦਰ ਹੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਨੇ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ, ਪਰ ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ। ਮੌਕੇ 'ਤੇ ਮੌਜੂਦ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਇੰਸਪੈਕਟਰ ਦੀ ਮੌਤ ਗੋਲੀ ਲੱਗਣ ਦੇ ਨਾਲ ਹੋਈ ਹੈ ਅਤੇ ਉਹ ਮਾਮਲੇ ਦੀ ਪੜਤਾਲ ਕਰ ਰਹੇ ਨੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨੇ। ਹੁਣ ਤੁਸੀਂ ਮੈਨੂੰ ਯਾਨੀ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।